ਰੱਬਾ ਇਹ ਕਰਮ ਫਰਮਾ ਦੇ, ਬੇਸੁਰਿਆਂ ਤੋਂ ਜਾਨ ਛੁੜਾ ਦੇ। ਰੱਬਾ ਇਹ ਕਰਮ ਫਰਮਾ ਦੇ, ਬੇਸੁਰਿਆਂ ਤੋਂ ਜਾਨ ਛੁੜਾ ਦੇ। ਜਿਸ ਬਣਾਈ ਕੈਰੀ ਯੋਕੀ, ਉਸ ਬੰਦੇ ਨੂੰ ਫਾਹੇ ਲਾ ਦੇ। ਥੈਂਕ ਯੂ, ਥੈਂਕ ਯੂ। ਕਿਉਂਕਿ ਇੱਕ ਸਾਡੀ ਜੈਂਟਸ ਓਨਲੀ ਮਹਿਫਿਲ ਹੈ, ਇਹਦੇ ਵਿੱਚ ਚੰਦ ਇੱਕ ਚੀਜ਼ਾਂ ਬੜੀ ਸੇਫਲੀ ਗੱਲਾਂ ਕੀਤੀਆਂ ਜਾ ਸਕਦੀਆਂ, ਕਿਉਂਕਿ ਫੜਨ ਵਾਲਾ ਕੋਈ ਨਹੀਂ। ਸੋ ਬਹੁਤ ਸਾਰੇ ਮਰਦਾਂ ਦੀ ਦਿਲ ਦੀ ਆਵਾਜ਼ ਹੈ, ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਉਮੀਦ ਕਰਨਾ ਤੁਹਾਨੂੰ ਪਸੰਦ ਆਏਗੀ। ਜਦ ਦੀ ਬੇਗਮ ਪੇਕੇ ਗਈ ਹੈ, ਕਿੰਨੀ ਠੰਡ ਕਲੇਜੇ ਪਈ ਹੈ। ਜਦ ਦੀ ਬੇਗਮ ਪੇਕੇ ਗਈ ਹੈ, ਕਿੰਨੀ ਠੰਡ ਕਲੇਜੇ ਪਈ ਹੈ। ਮੇਰੀ ਗੱਲ ਨੂੰ ਪੱਲੇ ਬੰਨੋ, ਖੁਸ਼ੀ ਦਾ ਇਹੋ ਕੁਲੀਆ ਸਹੀ ਹੈ। ਨਹੀਂ ਜੇ ਕਰਨੀ ਮੈਂ ਘਰਦਾਰੀ, ਧੋਣੀ ਕੱਟਣੀ ਨਹੀਂ ਤਰਕਾਰੀ। ਨਹੀਂ ਜੇ ਕਰਨੀ ਮੈਂ ਘਰਦਾਰੀ, ਧੋਣੀ ਕੱਟਣੀ ਨਹੀਂ ਤਰਕਾਰੀ। ਹਰਦਮ ਭਾਂਡੇ ਹਰਦਮ ਚੁੱਲ੍ਹਾ, ਇੰਨੀ ਟੈਨਸ਼ਨ ਕਾਹਨੂੰ ਲਈਏ। ਕਰ ਗਈ ਹੁਕਮ ਸਫਾਈ ਰੱਖਣਾ, ਘਰ ਵਿੱਚ ਬੌਕਰ ਲਾਈ ਰੱਖਣਾ। ਕਰ ਗਈ ਹੁਕਮ ਸਫਾਈ ਰੱਖਣਾ, ਘਰ ਵਿੱਚ ਬੌਕਰ ਲਾਈ ਰੱਖਣਾ। ਆਪਾਂ ਬੌਕਰ ਨਹੀਂ ਇਹ ਲਾਣੀ, ਜਿੱਥੇ ਹੈ ਸੀ ਉੱਥੇ ਪਈਏ। ਖੁੱਲ੍ਹ ਕੇ ਵੇਖਾਂ ਸੱਜੇ ਖੱਬੇ, ਬੰਦਾ ਕਿਉਂ ਜਜ਼ਬਾਤ ਨੂੰ ਦੱਬੇ। ਖੁੱਲ੍ਹ ਕੇ ਵੇਖਾਂ ਸੱਜੇ ਖੱਬੇ, ਬੰਦਾ ਕਿਉਂ ਜਜ਼ਬਾਤ ਨੂੰ ਦੱਬੇ। ਲੋਕਾਂ ਨੂੰ ਹੈ, ਲੋਕਾਂ ਨੂੰ ਬਸ ਫਿਕਰ ਹੈ ਲੱਗੀ, ਠੀਕ ਹੈ ਸਭ ਕੇ ਰੁੱਸ ਕੇ ਗਈਏ। ਰੱਬ ਕਰੇ ਉਹ ਹੋਰ ਵੀ ਰਹਿ ਲੇ, ਮਾਂ ਆਪਣੀ ਕੁੱਲ ਰੱਜ ਕੇ ਬਹਿ ਲੇ। ਰੱਬ ਕਰੇ ਉਹ ਹੋਰ ਵੀ ਰਹਿ ਲਏ, ਮਾਂ ਆਪਣੀ ਕੁੱਲ ਰੱਜ ਕੇ ਬਹਿ ਲਏ। ਸਾਡੀ ਮੌਜਾਂ ਲੱਗੀਆਂ ਯਾਰੋ, ਦਿਲ ਵਾਲੀ ਹੁਣ ਥਾਂ ਥਾਂ ਕਹੀਏ। ਘਰ ਛੇਤੀ ਨਹੀਂ ਜਾਣ ਦਾ ਰੌਲਾ, ਰੂਸੀ ਨੂੰ ਮਨਾਉਣ ਦਾ ਰੌਲਾ। ਘਰ ਛੇਤੀ ਨਹੀਂ ਜਾਣ ਦਾ ਰੌਲਾ, ਰੂਸੀ ਨੂੰ ਮਨਾਉਣ ਦਾ ਰੌਲਾ। ਤੇਰੇ ਬਿਨ ਤੇ ਜੀ ਨਹੀਂ ਲੱਗਦਾ, ਟੈਲੀਫੋਨ 'ਤੇ ਕਹਿੰਦੇ ਰਹੀਏ। ਆਖਰੀ ਬੰਦ, ਹੀਰੇ ਜਿਹਾ ਜਵਾਈ ਮਿਲਿਆ, ਜਦ ਅਹਿਮਦ ਚੁਗਤਾਈ ਮਿਲਿਆ। ਹੀਰੇ ਜਿਹਾ ਜਵਾਈ ਮਿਲਿਆ, ਜਦ ਅਹਿਮਦ ਚੁਗਤਾਈ ਮਿਲਿਆ। ਧੀ ਨੂੰ ਕਹਿੰਦੀ ਖਿੱਚ ਕੇ ਰੱਖੀ, ਪਿੱਛੇ ਬਹਿ ਕੇ ਹੱਸਣ ਡਈਏ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਹ ਜ਼ਿਆਦਾ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਥੋੜ੍ਹੀ ਜ਼ਰਾ ਮਹਿਫਿਲ ਲਾਈਵਲੀ ਲੱਗ ਰਹੀ ਹੈ। ਪਹਿਲੇ ਤਾਂ ਇਹੀ ਲੱਗ ਰਹੇ ਸੀ ਸਾਰੇ ਜੋਬ ਇੰਟਰਵਿਊ ਲਈ ਆਏ ਨੇ। ਸੋ ਹੁਣ ਜ਼ਰਾ ਥੋੜ੍ਹੀ ਜਿਹੀ ਤੁਹਾਡੀ ਪਾਰਟੀਸਪੇਸ਼ਨ ਮਹਿਸੂਸ ਹੋ ਰਹੀ ਹੈ। ਲੱਗਦਾ ਕਿ ਮਰੀਜ਼ ਦਾ ਸਾਹ ਚੱਲ ਰਿਹਾ, ਅੱਛੀ ਬਾਤ। ਹੁਣ ਜਿਹੜੇ ਆਰਟਿਸਟ ਨੂੰ ਮੈਂ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨ ਜਾ ਰਿਹਾ, ਉਹ ਮੇਰੇ ਜ਼ਾਤੀ ਦੋਸਤ ਹੈ ਨੇ। ਉਹਨਾਂ ਦੇ ਨਾਲ ਗੋ ਕੇ ਮੁਲਾਕਾਤ ਬਹੁਤ ਥੋੜ੍ਹੇ ਅਰਸੇ ਤੋਂ ਹੈ, ਲੇਕਿਨ ਉਹਨਾਂ ਨੇ ਮੇਰੇ ਤਾਂ ਦਿਲ 'ਚ ਘਰ ਬਣਾ ਲਿਆ। ਮੈਨੂੰ ਬੜੇ ਅਜ਼ੀਜ਼ ਨੇ ਸਾਡੇ ਆਪਣੇ ਰਾਜਵੀਰ ਸਿੰਘ ਸਾਹਿਬ, ਚੰਡੀਗੜ੍ਹ ਤੋਂ ਤਾਲੁਕ ਹੈ। ਪਦਮ ਸ਼੍ਰੀ ਸੋਹਣ ਸਿੰਘ ਸਾਹਿਬ ਦੇ ਸ਼ਾਗਿਰਦ ਨੇ, ਆਗਰਾ ਘਰਾਣੇ ਦੇ ਨਾਲ ਤਲਕ ਹੈ। ਕਲਾਸੀਕੀ ਮੌਸੀਕੀ ਦੇ ਉੱਤੇ ਬੜੀ ਗ੍ਰਿਫਤ ਰੱਖਦੇ ਨੇ, ਮਾਸ਼ਾਅੱਲਾ ਬਹੁਤ ਮਾਹਿਰ ਗੁਲੂਕਾਰ ਨੇ। ਔਰ ਆਹਿਸਤਾ ਆਹਿਸਤਾ ਉਹਨਾਂ ਦੇ ਬਾਰੇ ਦੋਸਤੀ ਦੇ ਵਿੱਚ, ਰਫਾਕਤ ਦੇ ਵਿੱਚ ਉਹਨਾਂ ਦੀ ਪਰਫੋਰਮੈਂਸਿਸ ਦੇਖ ਦੇਖ ਕੇ ਸਮਝ ਆਈ, ਪਤਾ ਇਹ ਚੱਲਿਆ ਕਿ ਉਹ ਇੱਕ ਬੜੇ ਮੁਕੰਮਲ ਆਰਟਿਸਟ ਨੇ। ਉਹ ਜੋ ਚਾਹਣ ਗਾਉਂਦੇ ਨੇ ਔਰ ਕਮਾਲ ਗਾਉਂਦੇ ਨੇ, ਔਰ ਮੈਂ ਜ਼ਾਤੀ ਤੌਰ 'ਤੇ ਉਹਨਾਂ ਦਾ ਬੜਾ ਫੈਨ ਹਾਂ। ਇਨਸ਼ਾਅੱਲਾ ਤੁਹਾਨੂੰ ਵੀ ਪਸੰਦ ਆਏਗਾ। ਉਹਨਾਂ ਦੇ ਵਾਸਤੇ ਕੁਛ ਅਰਸਾ ਪਹਿਲੇ 4 ਮਿਸਰੇ ਕਹੇ ਸੀ ਤੁਹਾਡੀ ਇਜਾਜ਼ਤ ਦੇ ਨਾਲ। ਸਾਡੇ ਸ਼ਹਿਰ ਪਰਾਹੁਣਾ ਆਇਆ ਏ, ਸਾਡੇ ਸ਼ਹਿਰ ਪਰਾਹੁਣਾ ਆਇਆ ਏ, ਅਤੇ ਸੁਰ ਉਸ ਦੀ ਜਾਗੀਰ ਏ। ਸਾਡੇ ਸ਼ਹਿਰ ਪਰਾਹੁਣਾ ਆਇਆ ਏ, ਅਤੇ ਸੁਰ ਉਸ ਦੀ ਜਾਗੀਰ ਏ। ਜਿਹਦਾ ਗਾਣਾ ਕੰਨੀ ਰਸ ਭਰਦਾ, ਕੋਈ ਹੋਰ ਨਹੀਂ ਰਾਜਵੀਰ ਏ। ਮੈਂ ਦਾਅਵਾ ਦਿਆਂਗਾ ਰਾਜਵੀਰ ਸਿੰਘ ਸਾਹਿਬ ਨੂੰ, ਪਲੀਜ਼ ਤਸ਼ਰੀਫ ਲਿਆਓ ਸਟੇਜ 'ਤੇ। ਬਹੁਤ ਸ਼ੁਕਰੀਆ।
ਇਹਨਾਂ ਦੇ ਨਾਲ ਤਬਲੇ 'ਤੇ ਸੰਗਤ ਕਰਨਗੇ ਹਰਜੀਤ ਸੀਨੀਅਰ, ਹਾਰਮੋਨੀਅਮ 'ਤੇ ਇਹਨਾਂ ਦਾ ਸਾਥ ਦੇਣਗੇ ਹਰਜੀਤ ਜੂਨੀਅਰ, ਜਿਨ੍ਹਾਂ ਨੂੰ ਤੁਸੀਂ ਹੁਣੇ ਸੁਣਿਆ। ਢੋਲਕੀ 'ਤੇ ਸਾਥ ਦੇਣਗੇ ਸਾਡੇ ਆਪਣੇ ਬੜੇ ਪਿਆਰੇ ਪਿਯੂਸ਼ ਵਿਆਸ ਭਾਈ, ਔਰ ਯੂਅਰ ਇਨ ਫੋਰ ਅ ਵੈਰੀ ਗੁੱਡ ਪਰਫੋਰਮੈਂਸ। ਹੋਪਫੁਲੀ ਤੁਸੀਂ ਆਰਟਿਸਟ ਦੇ ਨਾਲ ਕਨੈਕਟ ਕਰੋਗੇ ਔਰ ਇੰਜੋਏ ਦੀ ਈਵਨਿੰਗ। ਮੈਂ ਰਿਕੁਐਸਟ ਕਰਾਂਗਾ ਰਾਜਵੀਰ ਸਿੰਘ ਸਾਹਿਬ, ਪਲੀਜ਼। ਸੋ ਹਾਜ਼ਰੀਨ, ਮੇਰਾ ਤਾਰਫ ਸ਼ਕੀਲ ਭਾਈ ਜੀ ਨੇ ਕਰਾਇਆ ਔਰ ਮੈਂ ਬੜਾ ਮਸ਼ਹੂਰ ਉਹਨਾਂ ਦਾ, ਸਿੱਧੂ ਸਾਹਿਬ ਦਾ ਬੜਾ ਮਸ਼ਹੂਰ ਹੈ, ਰਾਣਾ ਸਿੱਧੂ ਜੀ ਦਾ, ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਆਪਣਾ ਫਨ ਦਾ ਮੁਜ਼ਾਹਰਾ ਕਰਨ ਦਾ ਮੌਕਾ ਦਿੱਤਾ। ਔਰ ਸਾਡੇ ਸੰਦੀਪ ਢਿੱਲੋਂ ਸਾਹਿਬ ਦੇ ਵਜ੍ਹਾ ਕਰਕੇ ਇਹ ਸਾਰਾ ਕੁਛ ਹੋਇਆ, ਔਰ ਮੈਂ ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਮਸ਼ਹੂਰ ਹਾਂ, ਜਿਹੜੇ ਕਿ ਸਰਬਕਾਲ ਨਾਲ ਬਹੁਤ ਅਰਸੇ ਤੋਂ ਜੁੜੇ ਹੋਏ ਨੇ ਔਰ ਬਹੁਤ ਤਨ ਮਨ ਧਨ ਦੇ ਨਾਲ ਪੂਰੀ ਸੇਵਾ ਉਹ ਕਰ ਰਹੇ ਨੇ ਸੰਗੀਤ ਦੀ। ਤੋ ਮੈਂ ਤੁਹਾਡੇ ਸਾਹਮਣੇ ਕੁਛ ਅੱਜ ਕੁਛ ਆਪਣੀ ਪਸੰਦ ਦੀਆਂ ਕੁਛ ਚੀਜ਼ਾਂ ਪੇਸ਼ ਕਰੂੰਗਾ ਔਰ ਉਮੀਦ ਕਰਦਾ ਤੁਹਾਨੂੰ ਪਸੰਦ ਆਉਣਗੀਆਂ। ਅਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਵੀ ਮੈਂ ਆਪਣੀ ਚੀਜ਼ ਕੋ ਅੱਛਾ ਕਲਾਮ ਤੁਹਾਡੇ ਸਾਹਮਣੇ ਪੇਸ਼ ਕਰਾਂ ਔਰ ਆਪਣੇ ਅੰਦਾਜ਼ ਦੇ ਵਿੱਚ ਪੇਸ਼ ਕਰਾਂ। ਸੋ ਉਹੀ ਮੈਂ ਅੱਜ ਤੁਹਾਡੇ ਸਾਹਮਣੇ ਕਰੂੰਗਾ। ਸੋ ਉਮੀਦ ਹੈ ਪ੍ਰਵਾਹ ਗੁਬਾਰਾ ਮਿਲੂਗਾ, ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰ ਰਿਹਾ। ਜਨਾਬ ਜਿਗਰ ਜਲੰਧਰੀ ਸਾਹਿਬ ਦਾ ਕਲਾਮ ਤੁਹਾਡੇ ਸਾਹਮਣੇ ਪੜ੍ਹਨ ਚੱਲਿਆ ਮੈਂ, ਉਹਦਾ ਮਤਲਬ ਹੈ ਦਿਲ ਮੇਰਾ ਲੈ ਕੇ ਮੁਝੇ ਆਪ ਦਗਾ ਦੇਤੇ ਹੈ, ਦਿਲ ਮੇਰਾ ਲੈ ਕੇ ਮੁਝੇ ਆਪ ਦਗਾ ਦੇਤੇ ਹੈ, ਕਭੀ ਸੋਚਾ ਹੈ ਕਿਆ ਲੇਤੇ ਹੈ ਕਿਆ ਦੇਤੇ ਹੈ। ਬੁਲਾ ਜਾਓ ਗਜ਼ਲ ਜਨਾਬ ਜਿਗਰ ਜਲੰਧਰੀ। ਦੇਤੇ ਹੈ
ਮੇਰਾ ਲੇਖ ਦਿਲ ਮੇਰਾ ਲੇਖ ਮੁਝੇ ਆਪ ਦਗਾ ਦੇਤੇ ਕਭੀ ਸੋਚਾ ਹੈ ਕਿ ਕਿਆ ਲੇਤੇ ਹੈ ਕਿਆ ਇੱਕ ਤਰਫ਼ ਇੱਕ ਤਰਫ਼
हैं जो करते हैं जफा शाम सहर, एक तरफ है जो करते हैं जफा शाम सहर, एक तरफ हम हैं, एक तरफ हम हैं के इस पर भी दुआ पेशे खिदमत। बहुत मशहूर गजल जनाब जगजीत सिंह की गाई हुई गजल है, सरकती जाए है रुख से नकाब आहिस्ता आहिस्ता, निकलता रहा है आफताब आहिस्ता आहिस्ता। सरकती जाए है रुख से नकाब आहिस्ता आहिस्ता, निकलता
जब फुरकत का जागा हूँ फरिश्तों अब तो सोने दो जब फुरकत का जागा हूँ फरिश्तों अब तो सोने दो अब तो सोने दो फर शबे फुरकत का जागा हूँ फरिश्तों अब तो सोने दो कभी फुरसत में कभी फुरसत में कर लेना हिसाब आहिस्ता आहिस्ता निकलता रहा है आफताब आहिस्ता आहिस्ता सरकती है वो बेदर्दी से सर काटे अमीर और मैं कहूं उनसे वो बेदर्दी से सर काटे अमीर और मैं कहूँ से हुजूर 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 आहिस्ता आहिस्ता जनाब आहिस्ता आहिस्ता हुजूर आहिस्ता आहिस्ता जनाब आहिस्ता आहिस्ता निकलता रहा है आफताब आहिस्ता आहिस्ता सरकती जाए है रुख से एक चीज मैं उस कोई महफिल तद तक अधूरी रहती है जब तक उस शिव बटालवी साहब का जिक्र ना हो तो मैं ताड़े सामने शिव बटालवी जी का कलाम गमा दी रात लम्मी है ना मेरे गीत लम्मे ने ना पेश खिदमत है Thank you.
गमादी रात लम्बे गमादी रात लम्बे
दवा होवे ए हाथ लाया वे दुख देने मलम लाया वे दुख देने ए हाथ लाया वे दुख दे मलम लाया वे दुख देने ना पैड़ी मेहरबानी शुक्रिया एक और पंजाबी गीत तड़ नजर कर रहे हैं बुला दो यार मंगे असी रब्बा तेथों रोके यार मंगे असी रब्बा तेथों रोके केड़ी मैं खुदाई मंग ली आए केड़ी मैं खुदाई मंग ली यार मंगे असी रब्बा तेथों रोके केड़ी मैं खुदाई खाता तो के केड़ी मैं खुदाई मंग ली आए केड़ी मैं खुदाई मंग ली मर जान दे किसे दा मैं होगे केड़ी मैं खुदाई मंग ली आए केड़ी मैं खुदाई मंग ली पता हुंदा तेरे जे मकान दा पता हुंदा तेरे जे मकान दा तैनू लिख लिख चिट्ठियां मैं पावदा तैनू लिख लिख चिट्ठियां मैं पावदा एहो कहिंदा एहो कहिंदा तेरे बूहे ते खलो के केड़ी मैं खुदाई मंग ली
ਵੇਖਾਂ ਕਿਹੜੇ ਵੇਲੇ ਕੰਮ ਮੇਰੇ ਆਉਂਦਾ, ਵੇਖਾਂ ਕਿਹੜੇ ਵੇਲੇ ਕੰਮ ਮੇਰੇ ਆਉਂਦਾ। ਕਿੱਥੇ ਯਾਰ ਨੂੰ ਹਏ, ਕਿੱਥੇ ਯਾਰ ਨੂੰ, ਕਿੱਥੇ ਯਾਰ ਨੂੰ, ਕਿੱਥੇ ਯਾਰ ਨੂੰ ਲੁਕਾਇਆ ਬੂਆ ਟੋਕੇ, ਕਿਹੜੀ ਮੈਂ ਖੁਦਾਈ ਮੰਗਲੀ ਹਏ, ਮੌਸਮ ਦੀ ਫਲਕਚੁਏਸ਼ਨ ਦੀ ਵਜ੍ਹਾ ਕਰਕੇ ਸਾਜ਼ ਕਈ ਵਾਰੀ ਢਿੱਲੇ ਹੋ ਜਾਂਦੇ ਆ, ਕੱਸੇ ਜਾਂਦੇ ਆ, ਅਤੇ ਥੋੜ੍ਹਾ ਜਿਹਾ ਟਾਈਮ ਲਾਂਗੇ, ਉਮੀਦ ਹੈ ਤੁਸੀਂ ਮਾਫ਼ੀ ਦਿਓਗੇ ਇਸ ਗੱਲ ਲਈ। ਮੈਂ ਪਿੱਟ ਪਿੱਟ ਹਾਲ ਵਜਾਵਾਂ, ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ, ਜੁਦਾਈ ਪਤਾ ਲੱਗਾ ਮੈਨੂੰ। ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ, ਜੁਦਾਈ ਪਤਾ ਲੱਗਾ ਮੈਨੂੰ, ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ, ਜਦੋਂ ਦਾ ਮੇਰਾ ਮਾਹੀ ਵਸਿਆ, ਜਦੋਂ ਦਾ ਮੇਰਾ ਮਾਹੀ ਵਸਿਆ। ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ, ਪਤਾ ਲੱਗਾ ਮੈਨੂੰ, ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ, ਜਦੋਂ ਦਾ ਮੇਰਾ ਮਾਹੀ ਵਸਿਆ, ਜਦੋਂ ਦਾ ਮੇਰਾ ਮਾਹੀ ਵਸਿਆ। ਉਹ ਇੰਜ ਲੱਗੇ ਜਿਵੇਂ ਰੁੱਸ ਕੇ ਖੁਦਾਈ, ਜਦੋਂ ਦਾ ਮੇਰਾ ਮਾਹੀ ਵਸਿਆ, ਲੱਗੇ ਜਿਵੇਂ ਰੁੱਸ ਕੇ ਖੁਦਾਈ, ਜਦੋਂ ਦਾ ਮੇਰਾ ਮਾਹੀ ਰੁੱਸਿਆ, ਜਦੋਂ ਦਾ ਮੇਰਾ ਮਾਹੀ ਰੁੱਸਿਆ। ਪਤਾ
ਲੱਗਾ ਮੈਨੂੰ ਹੁੰਦ ਕੀ ਜੁਦਾਈ ਜੁਦਾਈ ਪਤਾ ਲੱਗਾ ਮੈਨੂੰ ਪਤਾ ਲੱਗਾ ਮੈਨੂੰ ਹੁੰਦ ਕੀ ਜੁਦਾਈ ਜਦੋਂ ਦਾ ਮੇਰਾ ਮਾਹਿਰ ਸਿਆ ਜਦੋਂ ਦਾ ਮੇਰਾ ਮਾਹਿਰ ਸਿਆ ਤੇਰਾ ਨਾਮ ਹੈ ਰਹਿੰਦਾ ਬੋਲਿਆਂ ਤੇ ਸਦਾ ਤੇਰਾ ਨਾਮ ਹੈ ਉਹ ਗੱਲ ਦਿਲ ਦੀ ਮੈਂ ਉਹ ਗੱਲ ਦਿਲ ਦੀ ਮੈਂ ਦਿਲ ਚ ਲੁਕਾਈ ਜਦੋਂ ਦਾ ਮੇਰਾ ਮਾਹਿਰ ਸਿਆ ਜਦੋਂ ਦਾ ਮੇਰਾ ਮਾਹਿਰ ਸਿਆ ਉਹ ਗੱਲ ਦਿਲ ਦੀ ਮੈਂ ਦਿਲ ਚ ਲੁਕਾਈ ਜਦੋਂ ਦਾ ਮੇਰਾ ਮਾਹਿਰ ਸਿਆ ਜਦੋਂ ਦਾ ਮੇਰਾ ਮਾਹਿਰ ਸਿਆ ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ ਜੁਦਾਈ ਪਤਾ ਲੱਗਾ ਮੈਨੂੰ ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ ਜਦੋਂ ਦਾ ਮੇਰਾ ਮਾਹਿਰ ਸਿਆ ਜਦੋਂ ਦਾ ਮੇਰਾ ਮਾਹਿਰ ਸਿਆ ਮਾਹੀ ਕੋਲ ਸੀ ਤੇ ਭੇਦ ਨੀ ਮੈਂ ਖੋਲਿਆ ਉਹਦੇ ਦੁੱਖ ਮੈਨੂੰ ਰਾਵਾਂ ਵਿੱਚ ਰੋਲਿਆ ਉਹ ਮਾਹੀ ਕੋਲ ਸੀ ਤੇ ਭੇਦ ਨੀ ਮੈਂ ਖੋਲਿਆ ਉਹਦੇ ਦੁੱਖ ਮੈਨੂੰ ਰਾਵਾਂ ਵਿੱਚ ਰੋਲਿਆ ਉਹਦੇ ਦੁੱਖ ਮੈਨੂੰ ਰਾਵਾਂ ਵਿੱਚ ਰੋਲਿਆ ਉਹ ਸਾਰੇ ਜੱਗ ਵਿੱਚ ਸਾਰੇ ਜੱਗ ਵਿੱਚ ਪਾਵਾਂ ਮੈਂ ਦੁਹਾਈ ਜਦੋਂ ਦਾ ਮੇਰਾ ਮਾਹਿਰ ਜੱਗ ਵਿੱਚ ਪਾਵਾਂ ਮੈਂ ਦੁਹਾਈ ਜਦੋਂ ਦਾ ਮੇਰਾ ਮਾਹਿਰ ਸਿਆ ਜਦੋਂ ਦਾ ਮੇਰਾ ਮਾਹਿਰ ਸਿਆ ਜਦੋਂ ਦਾ ਮੇਰਾ ਮਾਹਿਰ ਸਿਆ ਮਿਹਰਬਾਨੀ ਜੀ ਸ਼ੁਕਰੀਆ ਸ਼ੁਕਰੀਆ